ਕਿਹਾ ਜਾ ਰਿਹਾ ਲਗਾਤਾਰ ਬਾਈ ਇਧਰ ਗੁਲੇਲ ਚੱਕੀ ਖੜੇ ਨੇ ਬਾਈ ਜੀ ਪਹਿਲਾਂ ਗੁਲੇਲ ਵੀ ਦਿਖਾ ਦੋ ਗੁਲੇਲ ਨਾਲ ਕੀ ਕੰਮ ਲੈ ਰਹੇ ਤੁਸੀਂ ਬਾਈ ਜੀ ਇਹ ਡਰੋਨ ਜਿਹੜੇ ਸਾਡੇ ਤੇ ਅਥਰੂ ਕੇਸ ਦੇ ਗੋਲੇ ਡੇਗਨੇ ਨੇ ਉਹਨਾਂ ਨੂੰ ਅਸੀਂ ਡੇਗਾਂਗੇ ਤੇ ਡਰਾਉਣਾ ਨਾਲ ਇਹ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਨੇ ਵੀ ਵਾਪਸ ਵਗ ਜਾਣਗੇ ਵਾਪਸ ਨਹੀਂ ਜਾਂਦੇ ਅਸੀਂ ਪਰ ਤਿਆਰੀਆਂ ਤੁਹਾਡੇ ਵੱਲੋਂ ਸਾਰੀਆਂ ਕੀਤੀਆਂ ਜਾ ਰਹੀਆਂ ਨੇ ਗੱਲ ਕਰੀਏ ਕੱਲ ਅੱਖਾਂ ਦੇ ਵਿੱਚ ਗੈਸ ਪੈਂਦੀ ਸੀ ਐਨਕਾਂ ਵੀ ਤੁਸੀਂ ਵਧੀਆ ਲਾਈ ਬੈਠੇ ਹੋ ਹਾਂਜੀ ਅੱਖਾਂ ਬਹੁਤ ਮੱਚਦੀਆਂ ਜੀ ਵੀ ਮੂੰਹ ਨੂੰ ਵੀ ਚੜਦਾ ਜੀ ਤੁਹਾਨੂੰ ਕੱਲ ਤੋਂ ਸਿੱਖ ਕੇ ਅੱਜ ਫਿਰ ਗਲੇਲਾਂ ਬਣਾ ਲਈਆਂ ਹਾਂਜੀ ਹਾਂਜੀ ਅੱਜ ਗਲੇਲਾਂ ਬਣਾਈਆਂ ਹੋਈਆਂ ਜੀ ਅੱਜ ਇਹਨਾਂ ਦੇ ਡਰਾਉਣ ਥੱਲੇ ਲਾ ਲਾਂਗੇ ਜੀ ਕਿੰਨੇ ਕੁ ਨਿਸ਼ਾਨੇ ਲੱਗੇ ਹੁਣ ਤੱਕ ਤੁਹਾਡੇ ਨਾਲ ਤਾਂ ਕੋਈ ਨਹੀਂ ਲੱਗਿਆ ਵੀਰੇ ਫਿਲਹਾਲ ਹੁਣੀ ਸ਼ੁਰੂ ਕਰੀ ਆ 15 ਮਿੰਟ ਹੋਏ ਨੇ ਗਲੇਲ ਬਣਾਈ ਫਿਰ ਵੀ ਰੇਂਜ ਤਾਂ ਜਿਵੇਂ ਉਹਨਾਂ ਦੀ ਗੈਸ ਗੋਲਿਆਂ ਦੀ ਰੇਂਜ ਆ ਇਧਰੋਂ ਤੁਹਾਡੀ ਵੀ ਰੇਂਜ ਪੂਰੀ ਹੋਈ ਹਾਂਜੀ ਰੇਂਜ ਪੂਰੀ ਆਈ ਇਹਨਾਂ ਦੀ ਰੇਂਜ ਪੂਰੀ ਆਈ ਅਸੀਂ ਡਰਾਉਣ ਦੇ ਮਾਰਨੇ ਆ ਡਰਾਉਣ ਲਾ ਦੇਣੇ ਆ ਜੀ ਇਹਨਾਂ ਦੇ ਜਿਹੜੀ ਕੱਲ ਦੀ ਲੜਾਈ ਆ ਕੱਲ ਦੀ ਲੜਾਈ ਤੋਂ ਬਾਅਦ ਲਗਾਤਾਰ ਜਿਹੜੇ ਨੌਜਵਾਨ ਨੇ ਕਾਫੀ ਕੁਝ ਸਿੱਖ ਗਏ ਨੇ ਕਿਤੇ ਪਤੰਗ ਦੀ ਜਿਹੜੀ ਹੈਗੀ ਸਟ੍ਰੈਟਜੀ ਚਲਾਈ ਜਾ ਰਹੀ ਆ ਕਿਤੇ ਦੂਜੇ ਪਾਸੇ ਗਲੇਲਾਂ ਲੈ ਕੇ ਸਟ੍ਰੈਟਜੀ ਚਲਾਈ ਜਾ ਰਹੀ ਆ ਭਾਈ ਇਹ ਕਿਵੇਂ ਦੇਖਦੇ ਹੋ ਗਲੇਲਾਂ ਦੇ ਨਾਲ ਹੁਣ ਬਾਰਡਰ ਤਾਂ ਟੁੱਟਣਾ ਸੀ ਫਿਰ ਬਾਰਡਰ ਤੋੜਨ ਵਾਸਤੇ ਕੀ ਕਰੋ ਬਾਰਡਰ ਤਾਂ ਜੀ ਅਸੀਂ ਟਰੈਕਟਰਾਂ ਨਾਲ ਹੀ ਤੋੜਾਂਗੇ ਅਸੀਂ ਡਰਾਉਣ ਸੁੱਟਣਾ ਇਹਦੇ ਨਾਲ ਗਲੇਲ ਨਾਲ ਡਰਾਉਣ ਹੀ ਸੁੱਟਣਾ ਅਸੀਂ ਬਾਰਡਰ ਦਾ ਟਰੈਕਟਰਾਂ ਨਾਲ ਹੀ ਤੋੜਾਂਗੇ 4x4 ਹੈਗੇ ਨੇ ਪਰ ਜਿਹੜਾ ਇਹ ਤਰੀਕਾ ਬਣਾਇਆ ਜਾਂਦਾ ਅੱਗੇ ਜਾਂਦੇ ਨੇ ਨੌਜਵਾਨ ਕਿਤੇ ਬੰਬ ਦਾਗਦੇ ਨੇ ਪਿੱਛੇ ਆ ਜਾਂਦੇ ਨੇ ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ ਹੱਲ ਟਰੈਕਟਰਾਂ ਨਾਲ ਹੀ ਨਿਕਲੂਗਾ ਨਹੀਂ ਟਰੈਕਟਰਾਂ ਨਾਲ ਵੀ ਨਿਕਲਣਾ ਨੌਜਵਾਨਾਂ ਦੇ ਜੋਸ਼ ਨਾਲ ਵੀ ਨਿਕਲਣਾ ਨੌਜਵਾਨਾਂ 'ਚ ਬਹੁਤ ਜ਼ਿਆਦਾ ਜੋਸ਼ ਹੈ ਕਲੀਅਰ ਹੁਣ ਅਸੀਂ ਦਿੱਲੀ ਕੂਚ ਕਰਨਾ ਹਾਂਜੀ ਕਿਸ ਤਰੀਕੇ ਨਾਲ ਦੇਖਦੇ ਹੋ ਜਿਹੜੀ ਭੀੜ ਹੈਗੀ ਕਿਤੇ ਨਾ ਕਿਤੇ ਜਦੋਂ ਭੀੜ ਨੂੰ ਖਿੰਡਿਆ ਆਉਂਦੇ ਨੇ ਜਦੋਂ ਬੰਬ ਬੁੰਬ ਗਿਰਦਾ ਉਸ ਤਰੀਕੇ ਤੋਂ ਬਾਅਦ ਉਦੋਂ ਯਾਰ ਸਾਹ ਲੈਣ 'ਚ ਦਿੱਕਤ ਆਉਂਦੀ ਯਾਰ ਅੱਖਾਂ ਮੱਚਦੀਆਂ ਅਸੀਂ ਸਾਡੀ ਕੋਸ਼ਿਸ਼ ਜਾਰੀ ਆ ਅਸੀਂ ਕੋਸ਼ਿਸ਼ ਜਾਰੀ ਰੱਖਾਂਗੇ ਅਸੀਂ ਨਹੀਂ ਛੱਡਦੇ ਜੀ ਨਾ 2 ਮਿੰਟਾਂ ਜੋ ਦੋ ਜੋਰ ਐਨਕਾਂ ਕਿੰਨੀਆਂ ਕੁ ਲੈ ਕੇ ਆ ਤੁਸੀਂ ਹਰੇਕ ਐਨਕ ਲਾਈ ਬੈਠਾ ਬਚਤ ਕਰਦੀ ਐਨਕੇ ਹਾਂਜੀ ਹਾਂਜੀ ਪੂਰੀ ਬਚਤ ਕਰਦੀ ਆ ਇਹ ਸਾਨੂੰ ਅਹਿਸਾਸ ਕਰਾਉਂਦੇ ਨੇ ਵੀ ਸਾਡਾ ਪੰਜਾਬ ਵੱਖਰਾ ਹੀ ਇਹਨਾਂ ਨਾਲੋਂ ਇਹਨਾਂ ਨੇ ਇੰਨਾ ਕੁਝ ਸਾਡੇ ਨਾਲ ਕੀਤਾ ਜੀ ਜਿਵੇਂ ਅਸੀਂ ਬਾਹਰੋਂ ਆਏ ਹੋਈਏ ਜਿਵੇਂ ਬਿਲਕੁਲ